ਅਚਾਨਕ ਦੋ ਗੱਡੀਆਂ ਦੀ ਆਪਸ ਦੇ ਵਿੱਚ ਫੇਟ ਲੱਗਣ ਕਾਰਨ ਹੰਗਾਮਾ ਹੋ ਗਿਆ। ਪੰਜਾਬ ਸਰਕਾਰ ਦੇ ਮੁਲਾਜ਼ਮ ਦੀ ਗੱਡੀ ਨੇ ਇੱਕ ਆਮ ਇਨਸਾਨ ਦੀ ਗੱਡੀ 'ਚ ਫੇਟ ਮਾਰੀ ਹੈ। ਜਾਣਕਾਰੀ ਮੁਤਾਬਿਕ ਇਨੋਵਾ ਗੱਡੀ ਜਿਸ ਤੇ ਪੰਜਾਬ ਸਰਕਾਰ ਦਾ ਸਟਿੱਕਰ ਲੱਗਿਆ ਹੋਇਆ ਸੀ, ਉਹ ਕਾਫੀ ਤੇਜ਼ੀ ਨਾਲ ਆ ਰਹੀ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਜਿਸ ਤੋਂ ਬਾਅਦ ਕਰੇਟਾ ਸਵਾਰ ਵਿਅਕਤੀ ਇਨੋਵਾ ਗੱਡੀ ਦੇ ਮਾਲਕ ਜੋ DA ਸਾਹਿਬ ਦੀ ਗੱਡੀ ਸੀ ਉਸਨੂੰ ਖੂਬ ਧਮਕੀਆਂ ਦਿੰਦੇ ਨਜ਼ਰ ਆਏ ਤੇ ਸੜਕ ਦੇ ਵਿਚਾਲੇ ਹੀ ਹਾਈ ਵੋਲਟੇਜ ਡਰਾਮਾ ਹੋਇਆ। ਤਾਂ ਇਨੋਵਾ ਸਵਾਰ ਨੌਜਵਾਨ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਨੁਮਾਇੰਦੇ ਨੇ ਤੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਜਿਸ ਤੋਂ ਬਾਅਦ ਪੁਲਿਸ ਵੀ ਮੌਕੇ ਤੇ ਪਹੁੰਚੀ ਤੇ ਦੋਵੇਂ ਧਿਰਾਂ ਦਾ ਰਾਜ਼ੀਨਾਮਾ ਕਰਵਾ ਦਿੱਤਾ। ਹਾਲਾਂਕਿ ਇਸ ਐਕਸੀਡੈਂਟ ਦੇ ਵਿੱਚ ਕੋਈ ਜ਼ਿਆਦਾ ਨੁਕਸਾਨ ਤਾਂ ਨਹੀਂ ਹੋਇਆ, ਸਿਰਫ ਦੋ ਗੱਡੀਆਂ ਨੂੰ ਸਾਈਡ ਤੇ ਕੁਝ ਝਰੀਟਾਂ ਲੱਗੀਆਂ ਨੇ। ਪੁਲਿਸ ਨੇ ਆਪਣਾ ਬਿਆਨ ਦਿੰਦੇ ਹੋਏ ਕਿਹਾ ਕਿ ਅਜਿਹੇ ਹਾਦਸੇ ਅਕਸਰ ਹੀ ਇੱਥੇ ਹੁੰਦੇ ਰਹਿੰਦੇ ਨੇ ਕਿਉਂਕਿ ਇਹ ਕਾਫੀ ਵਿਅਸਤ ਰੋਡ ਹੈ, ਪਰ ਹੁਣ ਦੋਵੇਂ ਧਿਰਾਂ 'ਚ ਸੁਲ੍ਹਾ ਕਰਵਾ ਦਿੱਤੀ ਗਈ ਹੈ। ਆਪਣੇ ਜਿਹੜੀ ਸਿਟੀ ਹੈ ਇਹਦੇ ਵਿੱਚ ਆਮ ਤੌਰ 'ਤੇ ਗੱਡੀਆਂ ਜਿਹੜੀਆਂ ਇੱਕ ਦੂਸਰੇ ਨਾਲ ਟੱਚ ਹੋ ਜਾਂਦੀਆਂ ਨੇ। ਅੱਜ ਵੀ ਇਸੇ ਤਰ੍ਹਾਂ ਹੀ ਹੋਇਆ ਵੀ ਇੱਕ ਇਨੋਵਾ ਗੱਡੀ ਹੈ, ਇੱਕ ਕਰੇਟਾ ਗੱਡੀ ਹੈ, ਜਿਹੜੀਆਂ ਆਪਸ ਦੇ ਵਿੱਚ ਥੋੜ੍ਹੀ ਟੱਚ ਹੋ ਗਈਆਂ ਸੀ, ਪਰ ਮੌਕੇ ਦੇ ਉੱਤੇ ਅਸੀਂ ਪਹੁੰਚ ਕੇ ਇਹਨਾਂ ਦੋਨਾਂ ਪਾਰਟੀਆਂ ਦਾ ਆਪਸ ਦੇ ਵਿੱਚ ਇਹਨਾਂ ਦਾ ਆਪਸੀ ਸਹਿਮਤੀ ਨਾਲ ਕੰਪਰੋਮਾਈਜ਼ ਹੋ ਗਿਆ। ਦੋਨੋਂ ਗੱਡੀਆਂ ਦੇ ਮਾਲਕ ਇਸ ਗੱਲ 'ਤੇ ਸਹਿਮਤ ਹੋ ਗਏ ਨੇ ਵੀ ਜਿਹੜੀ ਥੋੜ੍ਹੀ ਬਹੁਤ ਟੱਚਿੰਗ ਹੋਣ ਵਾਲੀ ਹੈ ਕੰਪਾਊਂਡ, ਉਹ ਆਪ ਹੀ ਕਰਵਾਉਣਗੇ। ਸਰ, ਗੱਡੀਆਂ ਸਰਕਾਰੀ ਗਈ, ਮੁਲਾਜ਼ਮ ਡਰਾਈਵ ਕਰ ਰਹੇ ਸੀ ਵਿੱਚ, ਨਹੀਂ ਦੂਜੀ ਪੰਜਾਬ ਸਰਕਾਰ ਜਿਹੜੀ ਗੱਡੀ ਕਿਹਦੀ ਗਈ ਸਰ, ਜਿੱਥੇ ਆਪਣਾ ਮੁਲਾਜ਼ਮ ਡਰਾਈਵ ਕਰ ਰਹੇ ਸੀ ਕਰੇਟਾ ਗੱਡੀ? ਦੇਖੋ ਜੀ, ਉਹ ਸਾਡੇ ਆਪਣੇ DA ਸਾਹਿਬ ਸੀ, ਉਹਨਾਂ ਦੀ ਗੱਡੀ ਸੀਗੀ। ਹਾਂਜੀ, ਉਹਨਾਂ ਦੇ ਮੁਲਾਜ਼ਮ ਸੀਗੇ। ਮੁਲਾਜ਼ਮ ਡਰਾਈਵ ਕਰ ਰਹੀ, ਉਹਨਾਂ ਵੱਲੋਂ ਕਿਹਾ ਸੀ, ਇਹ ਵੀ ਕਿਹਾ ਗਿਆ ਕਾਫੀ ਰਫ ਡਰਾਈਵ ਕਰ ਰਹੀ ਗੱਡੀ ਇੱਕਦਮ ਸਾਈਡ ਕਰਕੇ। ਦੇਖੋ ਜੀ, ਹੀਟ ਆਫ ਦੀ ਮੂਮੈਂਟ ਦੇ ਵਿੱਚ ਦੋਨੋਂ ਪਾਰਟੀਆਂ ਇੱਕ ਦੂਸਰੇ ਉੱਤੇ ਐਲੀਗੇਸ਼ਨ ਤਾਂ ਲਗਾਉਂਦੀਆਂ ਸੀ, ਪਰ ਚਲੋ ਲਾਸਟ ਦੇ ਉੱਤੇ ਇਹੀ ਹੈ ਜੀ, ਦੋਨੋਂ ਪਾਰਟੀਆਂ ਦਾ ਆਪਸ ਦੇ ਵਿੱਚ ਕੰਪਰੋਮਾਈਜ਼ ਹੋ ਗਿਆ। ਹਾਂਜੀ, ਉਹ ਪਹਿਲਾਂ ਹੀ ਮੈਂ ਦੱਸਿਆ ਹੈਗਾ, ਦੱਸਿਆ ਜੀ ਮੈਂ ਤੁਹਾਨੂੰ ਪਹਿਲਾਂ ਵੀ ਉਹਨਾਂ ਦੀ DA ਸਾਹਿਬ ਦੀ ਗੱਡੀ ਸੀ। ਹਾਂਜੀ, ਦੋਨੋਂ ਪਾਰਟੀਆਂ ਦਾ ਆਪਸੀ ਸਹਿਮਤੀ ਨਾਲ ਕੰਪਰੋਮਾਈਜ਼ ਹੋ ਗਿਆ, ਦੋਨੋਂ ਜਿਹੜੀਆਂ ਗੱਡੀਆਂ ਨੇ ਕੰਪਾਊਂਡ ਆਪਣੇ ਆਪਣੇ ਖਰਚੇ ਉੱਤੇ ਕਰਵਾ ਲੈਣਗੀਆਂ। ਨੋਰਮਲ ਉਹਨਾਂ ਦੀ ਟੱਚਿੰਗ ਹੋਈ ਹੈ ਥੋੜ੍ਹੀ ਬਹੁਤ, ਕੋਈ ਜ਼ਿਆਦਾ ਹੋ ਜਾਵੇ, ਜ਼ਿਆਦਾ ਡੈਮੇਜ ਨਹੀਂ ਕੋਈ ਵੀ ਗੱਡੀ ਹੋਈ, ਨੋਰਮਲ ਟੱਚਿੰਗ ਹੋਈ ਹੈ। ਅਚਾਨਕ ਦੋ ਗੱਡੀਆਂ ਦੀ ਆਪਸ ਦੇ ਵਿੱਚ ਫੇਟ ਲੱਗਣ ਕਾਰਨ ਹੰਗਾਮਾ ਹੋ ਗਿਆ। ਪੰਜਾਬ ਸਰਕਾਰ ਦੇ ਮੁਲਾਜ਼ਮ ਦੀ ਗੱਡੀ ਨੇ ਇੱਕ ਆਮ ਇਨਸਾਨ ਦੀ ਗੱਡੀ 'ਚ ਫੇਟ ਮਾਰੀ ਹੈ। ਜਾਣਕਾਰੀ ਮੁਤਾਬਿਕ ਇਨੋਵਾ ਗੱਡੀ ਜਿਸ ਤੇ ਪੰਜਾਬ ਸਰਕਾਰ ਦਾ ਸਟਿੱਕਰ ਲੱਗਿਆ ਹੋਇਆ ਸੀ, ਉਹ ਕਾਫੀ ਤੇਜ਼ੀ ਨਾਲ ਆ ਰਹੀ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਜਿਸ ਤੋਂ ਬਾਅਦ ਕਰੇਟਾ ਸਵਾਰ ਵਿਅਕਤੀ ਇਨੋਵਾ ਗੱਡੀ ਦੇ ਮਾਲਕ ਜੋ DA ਸਾਹਿਬ ਦੀ ਗੱਡੀ ਸੀ ਉਸਨੂੰ ਖੂਬ ਧਮਕੀਆਂ ਦਿੰਦੇ ਨਜ਼ਰ ਆਏ ਤੇ ਸੜਕ ਦੇ ਵਿਚਾਲੇ ਹੀ ਹਾਈ ਵੋਲਟੇਜ ਡਰਾਮਾ ਹੋਇਆ। ਤਾਂ ਇਨੋਵਾ ਸਵਾਰ ਨੌਜਵਾਨ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਨੁਮਾਇੰਦੇ ਨੇ ਤੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਜਿਸ ਤੋਂ ਬਾਅਦ ਪੁਲਿਸ ਵੀ ਮੌਕੇ ਤੇ ਪਹੁੰਚੀ ਤੇ ਦੋਵੇਂ ਧਿਰਾਂ ਦਾ ਰਾਜ਼ੀਨਾਮਾ ਕਰਵਾ ਦਿੱਤਾ। ਹਾਲਾਂਕਿ ਇਸ ਐਕਸੀਡੈਂਟ ਦੇ ਵਿੱਚ ਕੋਈ ਜ਼ਿਆਦਾ ਨੁਕਸਾਨ ਤਾਂ ਨਹੀਂ ਹੋਇਆ, ਸਿਰਫ ਦੋ ਗੱਡੀਆਂ ਨੂੰ ਸਾਈਡ ਤੇ ਕੁਝ ਝਰੀਟਾਂ ਲੱਗੀਆਂ ਨੇ। ਪੁਲਿਸ ਨੇ ਆਪਣਾ ਬਿਆਨ ਦਿੰਦੇ ਹੋਏ ਕਿਹਾ ਕਿ ਅਜਿਹੇ ਹਾਦਸੇ ਅਕਸਰ ਹੀ ਇੱਥੇ ਹੁੰਦੇ ਰਹਿੰਦੇ ਨੇ ਕਿਉਂਕਿ ਇਹ ਕਾਫੀ ਵਿਅਸਤ ਰੋਡ ਹੈ, ਪਰ ਹੁਣ ਦੋਵੇਂ ਧਿਰਾਂ 'ਚ ਸੁਲ੍ਹਾ ਕਰਵਾ ਦਿੱਤੀ ਗਈ ਹੈ। ਆਪਣੇ ਜਿਹੜੀ ਸਿਟੀ ਹੈ ਇਹਦੇ ਵਿੱਚ ਆਮ ਤੌਰ 'ਤੇ ਗੱਡੀਆਂ ਜਿਹੜੀਆਂ ਇੱਕ ਦੂਸਰੇ ਨਾਲ ਟੱਚ ਹੋ ਜਾਂਦੀਆਂ ਨੇ। ਅੱਜ ਵੀ ਇਸੇ ਤਰ੍ਹਾਂ ਹੀ ਹੋਇਆ ਵੀ ਇੱਕ ਇਨੋਵਾ ਗੱਡੀ ਹੈ, ਇੱਕ ਕਰੇਟਾ ਗੱਡੀ ਹੈ, ਜਿਹੜੀਆਂ ਆਪਸ ਦੇ ਵਿੱਚ ਥੋੜ੍ਹੀ ਟੱਚ ਹੋ ਗਈਆਂ ਸੀ, ਪਰ ਮੌਕੇ ਦੇ ਉੱਤੇ ਅਸੀਂ ਪਹੁੰਚ ਕੇ ਇਹਨਾਂ ਦੋਨਾਂ ਪਾਰਟੀਆਂ ਦਾ ਆਪਸ ਦੇ ਵਿੱਚ ਇਹਨਾਂ ਦਾ ਆਪਸੀ ਸਹਿਮਤੀ ਨਾਲ ਕੰਪਰੋਮਾਈਜ਼ ਹੋ ਗਿਆ। ਦੋਨੋਂ ਗੱਡੀਆਂ ਦੇ ਮਾਲਕ ਇਸ ਗੱਲ 'ਤੇ ਸਹਿਮਤ ਹੋ ਗਏ ਨੇ ਵੀ ਜਿਹੜੀ ਥੋੜ੍ਹੀ ਬਹੁਤ ਟੱਚਿੰਗ ਹੋਣ ਵਾਲੀ ਹੈ ਕੰਪਾਊਂਡ, ਉਹ ਆਪ ਹੀ ਕਰਵਾਉਣਗੇ। ਸਰ, ਗੱਡੀਆਂ ਸਰਕਾਰੀ ਗਈ, ਮੁਲਾਜ਼ਮ ਡਰਾਈਵ ਕਰ ਰਹੇ ਸੀ ਵਿੱਚ, ਨਹੀਂ ਦੂਜੀ ਪੰਜਾਬ ਸਰਕਾਰ ਜਿਹੜੀ ਗੱਡੀ ਕਿਹਦੀ ਗਈ ਸਰ, ਜਿੱਥੇ ਆਪਣਾ ਮੁਲਾਜ਼ਮ ਡਰਾਈਵ ਕਰ ਰਹੇ ਸੀ ਕਰੇਟਾ ਗੱਡੀ?
ਦੇਖੋ ਜੀ, ਉਹ ਸਾਡੇ ਆਪਣੇ DA ਸਾਹਿਬ ਸੀ, ਉਹਨਾਂ ਦੀ ਗੱਡੀ ਸੀਗੀ। ਹਾਂਜੀ, ਉਹਨਾਂ ਦੇ ਮੁਲਾਜ਼ਮ ਸੀਗੇ। ਮੁਲਾਜ਼ਮ ਡਰਾਈਵ ਕਰ ਰਹੇ, ਉਹਨਾਂ ਵੱਲੋਂ ਕਿਹਾ ਵੀ ਇਹ ਵੀ ਕਿਹਾ ਗਿਆ ਕਾਫੀ ਰਫ ਡਰਾਈਵ ਕਰ ਰਹੇ ਗੱਡੀ ਇੱਕਦਮ ਸਾਈਡ ਕਰਕੇ। ਦੇਖੋ ਜੀ, ਹੀਟ ਆਫ ਦੀ ਮੂਮੈਂਟ ਦੇ ਵਿੱਚ ਦੋਨੋਂ ਪਾਰਟੀਆਂ ਇੱਕ ਦੂਸਰੇ ਉੱਤੇ ਐਲੀਗੇਸ਼ਨ ਤਾਂ ਲਗਾਉਂਦੀਆਂ ਸੀਗੀਆਂ, ਪਰ ਚਲੋ ਲਾਸਟ ਦੇ ਉੱਤੇ ਇਹੀ ਹੈ ਜੀ, ਦੋਨੋਂ ਪਾਰਟੀਆਂ ਦਾ ਆਪਸ ਦੇ ਵਿੱਚ ਕੰਪਰੋਮਾਈਜ਼ ਹੋ ਗਿਆ। ਹਾਂਜੀ, ਉਹ ਪਹਿਲਾਂ ਹੀ ਮੈਂ ਦੱਸਿਆ ਹੈਗਾ, ਦੱਸਿਆ ਜੀ ਮੈਂ ਤੁਹਾਨੂੰ ਪਹਿਲਾਂ ਵੀ ਉਹਨਾਂ ਦੀ DA ਸਾਹਿਬ ਦੀ ਗੱਡੀ ਸੀ। ਹਾਂਜੀ, ਦੋਨੋਂ ਪਾਰਟੀਆਂ ਦਾ ਆਪਸੀ ਸਹਿਮਤੀ ਨਾਲ ਕੰਪਰੋਮਾਈਜ਼ ਹੋ ਗਿਆ, ਦੋਨੋਂ ਜਿਹੜੀਆਂ ਗੱਡੀਆਂ ਨੇ ਕੰਪਾਊਂਡ ਆਪਣੇ ਆਪਣੇ ਖਰਚੇ ਉੱਤੇ ਕਰਵਾ ਲੈਣਗੀਆਂ। ਨੋਰਮਲ ਉਹਨਾਂ ਦੀ ਟੱਚਿੰਗ ਹੋਈ ਹੈ ਥੋੜ੍ਹੀ ਬਹੁਤ, ਕੋਈ ਜ਼ਿਆਦਾ ਹੋਵੇ, ਜ਼ਿਆਦਾ ਕੋਈ ਜ਼ਿਆਦਾ ਡੈਮੇਜ ਨਹੀਂ ਕੋਈ ਵੀ ਗੱਡੀ ਹੋਈ, ਨੋਰਮਲ ਟੱਚਿੰਗ ਹੋਈ ਹੈ।